ਨਾਮੀ ਗਾਇਕ ਦਲੇਰ ਮਹਿੰਦੀ ਦੀ ਜਿਹੜੀ ਸਜ਼ਾ ਉਹ ਬਰਕਰਾਰ ਰਹੇਗੀ ਅਦਾਲਤ ਦੇ ਵੱਲੋਂ ਫੈਸਲਾ ਜਿਹੜਾ ਸੁਣਾ ਦਿੱਤਾ ਗਿਆ ਇਹ ਮਾਮਲਾ 2003 ਦਾ ਜੀ ਸਨੌਰ ਦਾ ਇੱਕ ਵਿਅਕਤੀ ਸੀ ਬਖਸ਼ੀਸ਼ ਸਿੰਘ ਉਹਨੇ ਚਾਰ ਬੰਦਿਆਂ ਦੇ ਖਿਲਾਫ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਜੀ ਉਸ ਵੇਲੇ ਜ਼ਿਲ੍ਹਾ ਪੁਲਿਸ ਮੁਖੀ ਹੁੰਦੇ ਸੀ ਸਰਦਾਰ ਪਰਮਰਾ ਸਿੰਘ ਹੋਰਾ। ਇਹਨਾਂ ਦਾ ਦੋਸ਼ ਇਹ ਸੀ ਕਿ 20 ਲੱਖ ਰੁਪਏ ਲਏ ਸੀ ਬੰਦੇ ਨੂੰ ਬਾਹਰ ਭੇਜਣ ਵਾਸਤੇ। ਉਹ ਕਹਿੰਦੇ ਵੀ ਨਾ ਤਾਂ 20 ਲੱਖ ਰੁਪਏ ਵਾਪਸ ਦਿੱਤੇ ਤੇ ਨਾ ਹੀ ਸਾਡਾ ਬੰਦਾ ਬਾਹਰ ਭੇਜਿਆ ਤੇ ਉਹਨਾਂ ਵਾਸਤੇ ਅੱਗੇ ਰਾਹ ਖੁੱਲਿਆ। ਕਿ ਉਹ ਇਹ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚਰਚਾ ਦੇਣ। ਉਹਨੇ ਮਾਮਲਾ ਹਾਈ ਕੋਰਟ ਦੇ ਵਿੱਚ ਜਾਏਗਾ। ਅੱਜ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਜਾਦਵ ਨੇ ਪਿੰਡ ਮੂਸਾ ਦੇ ਵਿੱਚ ਪਹੁੰਚ ਕੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਇੱਕ ਵਾਰ ਫਿਰ ਕਿਹਾ ਕਿ ਤੁਹਾਨੂੰ ਪੂਰਾ ਇਨਸਾਫ ਦਿਵਾਵਾਂਗੇ ਤੇ ਜਾਂਚ ਦਾ ਪੂਰਾ ਭਰੋਸਾ ਦਿੱਤਾ। ਇਹਦੇ ਵਿੱਚ ਜਿਹੜੇ ਵੀ ਸ਼ਾਮਲ ਨੇ ਜਿੱਡੇ ਮਰਜ਼ੀ ਵੱਡੇ ਛੋਟੇ ਹੋਣ ਉਹ ਗ੍ਰਿਫਤਾਰ ਕੀਤੇ ਜਾਣਗੇ। ਜੀ। ਤੇ ਉਹਨਾਂ ਨੂੰ ਕੱਲਾ ਗ੍ਰਿਫਤਾਰੀ ਨਹੀਂ ਕੀਤਾ ਜਾਊਗਾ। ਉਹਨਾਂ ਨੂੰ ਸਜ਼ਾ ਦਿਵਾਉਣ ਤੱਕ ਪੂਰਾ ਯਤਨ ਕੀਤਾ ਜਾਊਗਾ ਤਾਂ ਜੋ ਉਹਨੂੰ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਸਜਾ ਦਿੱਤੀ ਜਾ ਸਕੀ ਪੰਜਾਬ ਪੁਲਿਸ ਨੇ ਪੰਜਾਬ ਦੇ ਵਿੱਚ ਸਖਤੀ ਕਰ ਦਿੱਤੀ ਹੈ ਅੱਜ ਪੰਜਾਬ ਦੇ ਡੀਜੀਪੀ ਗੌਰਵ ਜაძਬ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਅਸੀਂ ਗੈਂਗਸਟਰ ਕਲਚਰ ਖਤਮ ਕਰ ਦੇਵਾਂਗੇ ਕੁਝ ਕੁ ਦਿਨਾਂ ਦੇ ਵਿੱਚ ਸਾਰੇ ਗੈਂਗਸਟਰ ਅਸੀਂ ਨੇ ਫੜ ਲੈਣੇ ਨੇ ਨਾਲੇ ਤਾਂ ਪੰਜਾਬ ਨੂੰ ਡਰੱਗ ਫ੍ਰੀ ਬਣਾ ਦੇਣਾ ਹੈ ਮੈਨੂੰ ਅੱਜ ਤੱਕ ਉਹ ਗੱਲ ਕੰਨਾਂ ਚ ਕੂਕਦੀ ਹੈ ਜਦੋਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ 1996 ਵਿੱਚ ਕਿ ਕਾਕਾ ਅਸੀਂ ਇੱਕ ਕਮਿਸ਼ਨ ਬਣਾਵਾਂਗੇ ਜੇ ਸਾਡੀ ਸਰਕਾਰ ਆ ਗਈ ਜਿਹੜੀ ਇਸ ਗੱਲ ਦਾ ਪਤਾ ਲਗਾਏਗੀ ਕਿ ਖਾੜਕੂ ਬਾਦ ਇੱਥੇ ਆਇਆ ਕਿੱਥੇ ਬਾਦਲ ਸਾਹਿਬ ਤਾਂ ਉਦੋਂ ਬਾਅਦ ਤਿੰਨ ਵਾਰ ਮੁੱਖ ਮੰਤਰੀ ਬਣ ਗਏ ਪਰ ਕਮਿਸ਼ਨ ਉਹ ਜਿਹੜਾ ਬਣਾਇਆ ਸੀ ਉਹਨਾਂ ਨੇ ਉਹ ਕਿੱਥੇ ਜੇ ਬੈਠ ਹੈ ਉਹਦਾ ਨਾਂ ਥੇ ਕੀ ਸੀ ਦਫ਼ਤਰ ਕਿੱਥੇ ਹੈ ਕਟੋ-ਕਟ ਮੈਨੂੰ ਤਾਂ ਲੱਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਕਿ ਜੋ ਬੀਤੇ ਸਾਲਾਂ ਦੇ ਵਿੱਚ ਘਟਾਲੇ ਹੋਏ ਨੇ ਅਸੀਂ ਉਹ ਬਾਹਰ ਕੱਢਾਂਗੇ ਵਿਜੀਲੈਂਸ ਵੀ ਪੰਜਾਬ ਦੇ ਵਿੱਚ ਵੱਡੀਆਂ ਕਾਰਵਾਈਆਂ ਕਰ ਰਹੀ ਆ ਕੱਲ ਸਾਬਕਾ ਮੰਤਰੀ ਸੰਤ ਸਿੰਘ ਗਿਲਜੀਆ ਦੇ ਭਤੀਜੇ ਦਲਜੀਤ ਸਿੰਘ ਗਿਲਜੀਆ ਨੂੰ ਵਿਜੀਲੈਂਸ ਵਿਭਾਗ ਨੇ ਗ੍ਰਿਫਤਾਰ ਕੀਤਾ ਅੱਜ ਮਹਾਲੀ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਜਿਹੜਾ ਉਹਨਾਂ ਦਾ 3 ਦਿਨਾਂ ਦਾ ਰਿਮਾਂਡ ਜਿਹੜਾ ਉਹਨਾਂ ਨੂੰ ਮਿਲ ਚੁੱਕਿਆ ਇਹ ਜਿਹੜੇ ਚਾਚੇ ਭਤੀਜੇ ਤੇ ਮਾਮੇ ਭਾਣਜੇ ਆ ਨਾ ਇਹ ਬੜੇ ਮਸ਼ਹੂਰ ਨੇ ਕੇਂਦਰੀ ਰੇਲ ਮੰਤਰੀ ਹੁੰਦੇ ਸੀ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਜੀ ਸਾਡੇ ਪਵਨ ਬਾਂਸਲ ਸਾਹਿਬ ਉਹਨਾਂ ਦੇ ਭਾਂਜੇ ਨੇ ਵੀ ਚੰਦ ਚੜ੍ਹਿਆ ਚੰਨੀ ਸਾਹਿਬ ਦੀ ਸਾਲੀ ਦੇ ਹਣੀ ਨੇ ਚੰਦ ਚੜ੍ਹਿਆ ਵਿਜੇ ਸਿੰਘਲਾ ਦਾ ਭਤੀਜਾ ਇੱਕ ਭਾਂਜਾ ਉਹਦਾ ਵੀ ਚੰਦ ਚੜ੍ਹਿਆ ਹੋਇਆ ਹੈ ਵਿਜੇ ਸਿੰਘਲਾ ਜਦੋਂ ਫਸਿਆ ਜੀ ਤੇ ਇਹ ਹੁਣ ਉਹਨਾਂ ਦਾ ਭਤੀਜਾ ਐ ਐਜੀਪੀਸੀ ਮੈਂਬਰਾਂ ਦੇ ਵੱਲੋਂ ਐਜੀਪੀਸੀ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਕਿ ਪਾਲਕੀ ਸਾਹਿਬ ਦੀ ਤਲਾਸ਼ੀ ਕੀਤੀ ਗਈ ਸਤਕਾਰ ਦੇ ਵਿੱਚ ੱਲ ਵਰਤੀ ਗਈ ਆ ਤੇ ਨਾਲ ਦੀ ਨਾਲ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਕਾਰਵਾਈ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਇਹ ਅੰਮਲੇ ਫੈਡੇ ਦੇ ਵਿੱਚ ਕੁਝ ਇਹੋ ਜਿਹੇ ਵਿਅਕਤੀ ਨਾ ਲੈਣ ਜਿਹੜੇ ਤਜਰਬਾ ਤੇ ਸਿਆਣਪ ਰੱਖਦੇ ਹੋਣ ਨਹੀਂ ਤਾਂ ਫਿਰ ਨੌਜਵਾਨਾਂ ਦੀ ਬਰਾਤ ਬਾਂਗ ਇਹੋ ਜਿਹਾ ਚੰਦ ਝੜਾਉਣਗੇ ਜੀ ਦਾ ਜਵਾਬ ਦੇਣਾ ਅਫਸਰ ਹਟੇਲੋ ਸਾਹਿਬ ਕੱਲ ਆਪਣੀ ਇੱਕ ਖਬਰ ਤੇ ਗੰਭੀਰ ਚਰਚਾ ਕੀਤੀ ਸੀ ਨਾਲ ਚਿੰਤਾ ਵੀ ਜਤਾਈ ਸੀ ਜਿਹੜੇ ਸਰਕਾਰੀ ਬਾਲ ਘਰਾਂ ਦੇ ਵਿੱਚੋਂ 1450 ਬੱਚੇ ਲਾਪਤਾ ਹੋਏ ਸੀ ਉਸ ਮਾਮਲੇ ਦੇ ਵਿੱਚ ਡੀਜੀਪੀ ਨੇ ਰਿਪੋਰਟ ਮੰਗ ਲਈ ਹੈ ਨਾਲ ਗੱਲ ਡੀਜੀਪੀ ਨੂੰ ਉਹਨਾਂ ਅਫਸਰਾਂ ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਕੋਤਾਹੀ ਕੀਤੀ ਹਜੇ ਤੱਕ ਕੋਈ ਉਹਨਾਂ ਦੀ ਸਾਮ ਸਵਾਲ ਜਾਂ ਉਹਨਾਂ ਨੂੰ ਜਾਂਚਿਆ ਨਹੀਂ ਕਿੱਥੇ ਗਏ ਬੱਚੇ ਜੇ ਡੀਜੀਪੀ ਨੇ ਉਹਦੀ ਰਿਪੋਰਟ ਮੰਗ ਲਈ ਹੈ ਕੱਲੀ ਰਿਪੋਰਟ ਮੰਗਿਆ ਨਹੀਂ ਸਰਨਾ ਡੀਜੀਪੀ ਸਾਹਿਬ ਉੱਤੇ ਕਾਰਵਾਈ ਕਰੇ ਬਹੁ ਗਿਣਤੀ ਕਹਿੰਦੇ ਲੜਕੀਆਂ ਗਾਇਬ ਨੇ ਤੇ ਲੜਕੀਆਂ ਨਾਲ ਕੀ ਵਾਪਰਿਆ ਹੋਵੇਗਾ ਇਹਦੇ ਬਾਰੇ ਅਜਿਹੇ ਸਮਾਜ ਦੇ ਵਿੱਚ ਸਾਨੂੰ ਪਤਾ ਹੈ ਜੀ ਕਿ ਕੀ ਵਾਪਰ ਸਕਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਡੀ ਫੈਬ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਕੁਲਦੀਪ ਸਿੰਘ ਪੋੜੇ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਸ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਾਂਗੇ ਸਾਡੇ ਨਾਲ ਚੈਨਲ ਦੇ ਸੀਨੀਅਰ ਐਡੀਟਰ ਨੇ ਜਸਪਾਲ ਸਿੰਘ ਢਿੱਲੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਨੇ ਆ ਢਿੱਲੋਂ ਜੀ ਆ ਬਹੁਤ ਬਹੁਤ ਸਵਾਗਤ ਹੈ ਡੀ ਫੈਬ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਕੁਲਦੀਪ ਜੀ ਜੀ ਢਿੱਲੋਂ ਸਾਹਿਬ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਨਾਮੀ ਗਾਇਕ ਦਲੇਰ ਮਹਿੰਦੀ ਦੀ ਜਿਹੜੀ ਸਜ਼ਾ ਉਹ ਬਰਕਰਾਰ ਰਹੇਗੀ ਅਦਾਲਤ ਦੇ ਵੱਲੋਂ ਫੈਸਲਾ ਜਿਹੜਾ ਸੁਣਾ ਦਿੱਤਾ ਗਿਆ ਟੱਲੋ ਸਾਹਿਬ ਤੁਸੀਂ ਇਸ ਕੇਸ ਨੂੰ ਕਵਰ ਵੀ ਕੀਤਾ ਬਰੀਕੀ ਦੇ ਨਾਲ ਪੂਰੇ ਕੇਸ ਦੀ ਥੋੜੀ ਜੀ ਡਿਟੇਲ ਸਾਨੂੰ ਦੱਸ ਦਿਓ ਇਹ ਮਾਮਲਾ 2003 ਦਾ ਜੀ ਸਨੌਰ ਦਾ ਇੱਕ ਵਿਅਕਤੀ ਸੀ ਬਖਸ਼ੀਸ਼ ਸਿੰਘ ਉਹਨੇ ਚਾਰ ਬੰਦਿਆਂ ਦੇ ਖਿਲਾਫ ਜ਼ਿਲ੍ਹਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਜੀ ਉਸ ਵੇਲੇ ਜ਼ਿਲ੍ਹਾ ਪੁਲਿਸ ਮੁਖੀ ਹੁੰਦੇ ਸੀ ਸਰਦਾਰ ਪਰਮਰਾ ਸਿੰਘ ਉਵਰਾਨਗਲ ਜੀ ਚਾਰ ਬੰਦਿਆਂ ਤੇ ਪਰਚਾ ਦਰਜ ਹੋਇਆ ਜਿਹਦੇ ਵਿੱਚ ਸਮਸ਼ੇਰ ਇਹ ਮਹਿੰਦੀ ਦਲੇਰ ਮਹਿੰਦੀ ਦਾ ਭਰਾ ਦਲੇਰ ਮਹਿੰਦੀ ਸਮਸ਼ੇਰ ਮਹਿੰਦੀ ਨਿਤਾਨ ਸਿੰਘ ਧਿਆਨ ਸਿੰਘ ਤੇ ਬੁਲਬੁਲ ਮਹਿਤਾ ਇਹਨਾਂ ਦਾ ਦੋਸ਼ ਇਹ ਸੀ ਕਿ 20 ਲੱਖ ਰੁਪਏ ਲਏ ਸੀ ਬੰਦੇ ਨੂੰ ਬਾਹਰ ਭੇਜਣ ਵਾਸਤੇ ਜੀ ਉਹ ਕਹਿੰਦੇ ਵੀ ਨਾ ਤਾਂ 20 ਲੱਖ ਰੁਪਏ ਵਾਪਸ ਦੇ ਦਿੱਤੇ ਤੇ ਨਾ ਹੀ ਸਾਡਾ ਬੰਦਾ ਬਾਹਰ ਭੇਜਿਆ 2018 ਦੇ ਵਿੱਚ 15 ਸਾਲਾਂ ਤੋਂ ਬਾਅਦ ਜਿਹੜਾ ਟ੍ਰਾਇਲ ਕੋਰਟ ਸੀ ਜੇਐਮਆਈਸੀ ਦਾ ਨਿਧੀ ਸੈਣੀ ਉਹਨਾਂ ਨੇ ਇਹਨੂੰ ਦਲੇਰ ਮਹਿੰਦੀ ਨੂੰ ਤੇ ਹੋਰਾਂ ਨੂੰ 2 ਸਾਲ ਦੀ ਸਜ਼ਾ ਤੇ 2000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ ਜੀ ਇਥੇ ਗੱਲ ਦੱਸ ਦਈਏ ਕਿ ਦਲੇਰ ਮਹਿੰਦੀ ਦਾ ਜਿਹੜਾ ਭਰਾ ਸੀ ਸਮਸ਼ੇਰ ਮਹਿੰਦੀ ਜੀ ਤੇ ਧਿਆਨ ਸਿੰਘ ਇਹਨਾਂ ਦੋਹਾਂ ਦੀ ਮੌਤ ਹੋ ਗਈ ਹੈ ਟ੍ਰਾਇਲ ਦੇ ਦੌਰਾਨ ਸੁਣਵਾਈ ਦੇ ਦੌਰਾਨ ਮੌਤ ਹੋ ਗਈ ਸੀ ਉਹ ਚੀਜ਼ ਨੂੰ ਲੈ ਕੇ ਇਹਨਾਂ ਨੇ ਸੈਸ਼ਨ ਅਦਾਲਤ ਦੇ ਵਿੱਚ ਇਹਨੂੰ ਚੁਣੌਤੀ ਦਿੱਤੀ ਆਪਣੇ ਵਕੀਲ ਰਾਹੀ ਉਹ ਜਿਹੜਾ 2018 ਦੇ ਵਿੱਚ ਚੁਣੌਤੀ ਦਿੱਤੀ ਸੀ 64 ਸਾਲਾਂ ਬਾਅਦ ਅੱਜ ਉਹਦੇ ਤੇ ਮਾਨਯੋਗ ਐਚਐਸ ਗਰੇਵਾਲ ਵਧੀਕ ਸੈਸ਼ਨ ਜੱਜ ਸਾਹਿਬ ਦੀ ਅਦਾਲਤ ਨੇ ਉਹ ਜਿਹੜਾ ਪੁਰਾਣਾ ਫੈਸਲਾ ਸੀ ਉਹੀ ਬਰਕਰਾਰ ਰੱਖਤਾ ਜਿਹੜਾ ਸੀ ਕਿ ਉਹਨਾਂ ਨੂੰ 2 ਸਾਲ ਦੀ ਸਜ਼ਾ ਤੇ 2000 ਰੁਪਏ ਜੁਰਮਾਨਾ ਕਰਤਾ ਸੀ ਜੀ ਦਲੇਰ ਮਹਿੰਦੀ ਨੂੰ ਹਰਾਸਤ ਚਲਾਇਨ ਤੇ ਹੁਕਮ ਦੇਤੇ ਲੈ ਲਿਆ ਹੁਣ ਪਰ ਜਦੋਂ 3 ਸਾਲ ਤੋਂ ਘੱਟ ਹੋਵੇ ਉਹਦੀ ਜਬਾਨ ਉੱਥੀ ਹੋ ਜਾਂਦੀ ਹੈ ਜੀ ਤੇ ਉਹਨਾਂ ਵਾਸਤੇ ਅੱਗੇ ਰਾਹ ਖੁੱਲ ਹੈ ਕਿ ਉਹ ਇਹ ਫੈਸਲੇ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦੇਣ ਉਹਨੇ ਮਾਮਲਾ ਹਾਈ ਕੋਰਟ ਦੇ ਵਿੱਚ ਜਾਏਗਾ ਉੱਥੇ ਇਹ ਸਜ਼ਾ ਵਰਕਰਾਂ ਰਹਿੰਦੀ ਹੈ ਜਾਂ ਇਹ ਟੁੱਟ ਜਾਂਦੀ ਹੈ ਇਹ ਉਸ ਵੇਲੇ ਜਾ ਕੇ ਪਤਾ ਲੱਗੇਗਾ ਉਦੋਂ ਬੜੀ ਚਰਚਾ ਹੋਈ ਸੀ ਇਹਦੇ ਨਾਲ ਕਈ ਪੁਲਿਸ ਅਫਸਰ ਜੁੜੇ ਹੋਏ ਸੀ ਜੀ ਇੱਕ ਇਨਸਪੈਕਟਰ ਸ਼ਮਸ਼ੇਰ ਸਿੰਘ ਗੁੱਡੂ ਦੀਦਾਰ ਸਿੰਘ ਵਗੈਰਾ ਵਗੈਰਾ ਥਾਣਾ ਸਦਰ ਦੇ ਐਸ ਐਚ ਓ ਹੁੰਦੇ ਸੀ ਸ਼ਮਸ਼ੇਰ ਸਿੰਘ ਗੁੱਡੂ ਉਦੋਂ ਸੋ ਇਹ ਮਾਮਲਾ 2003 ਵੇਲੇ ਦਾ ਹੈ ਤੇ ਤੁਸੀਂ ਦੇਖ ਲਓ ਵੀ 21 ਸਾਲ ਹੋ ਗਏ ਜਿਹੜਾ ਕੁਝ ਦਲੇਰਮਹਿੰਦੀ ਕਈ ਵਾਰੀ ਕਾਇਦੰਦਾ ਹੁੰਦਾ ਸੀ ਜੋ ਕੁਝ ਉਸ ਤੋਂ ਕੋ ਗੱਲਬਾਤ ਹੋਈ ਸੀ ਵੀ ਜਾਇਦ ਜਿੰਨਾ 1 ਸਾਲ ਤਿੰਨ ਦਾ ਹੈਗਾ 18-19 ਸਾਲ ਇਸ ਮਾਮਲੇ ਚ ਲੰਘ ਗਏ ਜੀ ਤੇ ਅਜੇ ਹੁਣ ਜਾ ਕੇ ਇਹ ਕਿਸੇ ਸਿਰੇ ਲੱਗਿਆ ਅਜੇ ਵੀ ਸਿਰੇ ਕੀ ਲੱਗਣਾ ਹਾਈ ਕੋਰਟ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਣਾ ਫਿਰ ਸੁਪਰੀਮ ਕੋਰਟ ਤੱਕ ਜਾਏਗਾ ਜੀ 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 ਟਿਲੂ ਸਾਹਿਬ ਇਸ ਤੋਂ ਇਲਾਵਾ ਨਾਮੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਆ ਅੱਜ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਜਾਦਵ ਨੇ ਪਿੰਡ ਮੂਸਾ ਦੇ ਵਿੱਚ ਪਹੁੰਚ ਕੇ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਇੱਕ ਵਾਰ ਫਿਰ ਕਿਹਾ ਕਿ ਤੁਹਾਨੂੰ ਪੂਰਾ ਇਨਸਾਫ ਦਿਵਾਵਾਂਗੇ ਤੇ ਜਾਂਚ ਦਾ ਪੂਰਾ ਭਰੋਸਾ ਦਿੱਤਾ ਉਹਨਾਂ ਨੇ ਦੇਖੋ ਗੌਰਵ ਜਾਦਵ ਬੀਕੇ ਭਾਵੜਾ ਦੇ ਛੁੱਟੀ ਤੇ ਜਾਣ ਤੋਂ ਬਾਅਦ ਕਾਰਜਕਾਰੀ ਡੀਜੀਪੀ ਵੱਲੋਂ ਕੰਮ ਕਰ ਰਹੇ ਨੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਖਾਸ ਕਰ ਉਹਨਾਂ ਦੇ ਪਿਤਾ ਸਰਦਾਰ ਬਲਕੌਰ ਸਿੰਘ ਹੋਰ ਨਾਲ ਮੁਲਾਕਾਤ ਕੀਤੀ ਤੇ ਆਖਿਆ ਪੁਲਿਸ ਹਰ ਪੱਖ ਤੋਂ ਇਹਦੀ ਜਾਂਚ ਕਰ ਰਹੀ ਹੈ ਇਹਦੇ ਵਿੱਚ ਜਿਹੜੇ ਵੀ ਸ਼ਾਮਲ ਨੇ ਜਿੱਡੇ ਮਰਜੀ ਵੱਡੇ ਛੋਟੇ ਹੋਣ ਉਹ ਗ੍ਰਿਫਤਾਰ ਕੀਤੇ ਜਾਣਗੇ ਜੀ ਤੇ ਉਹਨਾਂ ਨੂੰ ਇਕੱਲਾ ਗ੍ਰਿਫਤਾਰੀ ਨਹੀਂ ਕੀਤਾ ਜਾਊਗਾ ਉਹਨਾਂ ਨੂੰ ਸਜ਼ਾ ਦੇਵਉਣ ਤੱਕ ਪੂਰਾ ਯਤਨ ਕੀਤਾ ਜਾਊਗਾ ਤਾਂ ਜੋ ਉਹਨੂੰ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਸਜ਼ਾ ਦਿੱਤੀ ਜਾ ਸਕੇ ਉਹਨਾਂ ਨੇ ਆਪ ਕਿਹਾ ਕਿ ਸਿੱਧੂ ਮੂਸੇਵਾਲਾ ਪੰਜਾਬ ਦਾ ਮਾਨਸੀ ਇੱਕ ਵੱਡਾ ਆਈਕਨ ਸੀ ਉਹਦਾ ਚਲੇ ਜਾਣਾ ਉਹਦਾ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਇਸ ਮੌਕੇ ਉੱਥੇ ਆਈਜੀ ਬਠਿੰਡਾ ਜ਼ੋਨ ਤੇ ਜ਼ਿਲ੍ਹਾ ਪੁਲਿਸ ਮੁਖੀ ਮਾਨ ਸਰ ਕੋਰਬ ਤੂਰਾ ਵਗੈਰਾ ਉਹ ਵੀ ਨਾਲਸਾ ਜੀ ਟੇਲ ਸਾਹਿਬ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬ ਪੁਲਿਸ ਤੇ ਸਵਾਲ ਉੱਠੇ ਸੀ ਸਵਾਲਾਂ ਦੇ ਘੇਰੇ ਚ ਆ ਗਈ ਸੀ ਪੰਜਾਬ ਪੁਲਿਸ ਪਰ ਹੁਣ ਪੰਜਾਬ ਪੁਲਿਸ ਨੇ ਪੰਜਾਬ ਦੇ ਵਿੱਚ ਸਖਤੀ ਕਰ ਦਿੱਤੀ ਹੈ ਅੱਜ ਪੰਜਾਬ ਦੇ ਡੀਜੀਪੀ ਗੌਰਵ ਜਾਦਵ ਨੇ ਕਿਹਾ ਕਿ ਪੰਜਾਬ ਦੇ ਵਿੱਚੋਂ ਅਸੀਂ ਗੈਂਗਸਟਰ ਕਲਚਰ ਖਤਮ ਕਰ ਦੇਵਾਂਗੇ ਕੁਝ ਕੁ ਦਿਨਾਂ ਦੇ ਵਿੱਚ ਸਾਰੇ ਗੈਂਗਸਟਰ ਅਸੀਂ ਨੇ ਫੜ ਲੈਣੇ ਨੇ ਨਾਲੇ ਤਾਂ ਪੰਜਾਬ ਨੂੰ ਡਰੱਗ ਫ੍ਰੀ ਬਣਾ ਦੇਣਾ ਹੈ ਬਣਾਓ ਜੀ ਹੌਣ ਤਾਂ ਕਿ ਤਾਂ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਉਹਨਾਂ ਦੇ ਸਿਰ 'ਤੇ ਵਾਧ ਹੀ ਰਹੇ ਜੀ ਤੁਸੀਂ ਇਸ ਪਾਸੇ ਵੱਲ ਨੂੰ ਤੁਰੇ ਹੋ ਕਿ ਲੋਕ ਇਸ ਕੰਮ ਨੂੰ ਮੰਨਣਗੇ ਵੀ ਠੀਕ ਹੈ ਜੇ ਤੁਸੀਂ ਇਹ ਕਰਨ ਲੱਗੇ ਹੋ ਕਰ ਦਿਓ ਔਰ ਲੋਕ ਖੁਸ਼ ਵੀ ਹੋਣਗੇ ਕਿ ਘਟੋ ਘਟ ਜਿਨੇ ਕੁਝ ਕਿਹਾ ਹੈ ਉਹ ਕਰਕੇ ਦਿਖਾ ਰਹੇ ਨੇ ਜੀ ਪਰ ਮੈਂ ਫੇਰ ਪੁਰਾਣੀ ਗੱਲ ਤੇ ਜਾਵਾਂ ਕੀ ਤੁਸੀਂ ਇਸ ਗੱਲ ਦਾ ਕਦੇ ਸੋਚਿਆ ਤਫਤੀਸ਼ਾਂ ਵੀ ਕੀਤੀਆਂ ਨੇ ਕਿ ਗੈਂਗਸਟਰ ਬਣਦਾ ਕਿਉਂ ਆ ਜੀ ਗੈਂਗਸਟਰ ਤਾਂ ਪੈਦਾ ਬੰਦ ਕਰ ਦਿਓਗੇ ਜਿਨ੍ਹਾਂ ਨੇ ਇਹ ਗੈਂਗਸਟਰ ਪੈਦਾ ਕੀਤੇ ਉਹਨਾਂ ਦਾ ਕੀ ਕਰੋਗੇ ਉਥੋਂ ਤੱਕ ਹੱਥ ਪਾਉਂਗੇ ਜਾਂ ਫਿਰ ਇਹ ਮਾਮਲਾ ਇਸੇ ਤਰ੍ਹਾਂ ਹੀ ਰਹਿ ਜਾਊਗਾ ਇਹ ਲੋਕ ਪੁੱਛਦੇ ਕਿਦਾ ਜੀ ਕਰਦਾ ਕਿ ਉਹਦਾ ਪੁੱਤ ਭਰ ਜਵਾਨੀ ਦੇ ਵਿੱਚ ਇਸ ਰਸਤੇ ਤੁਰ ਜਾਵੇ ਜਾਂ ਤਾਂ ਪੁਲਿਸ ਦੀ ਗੋਲੀ ਨਾਲ ਮਰ ਜੇ ਜਾਂ ਫਿਰ ਸਜ਼ਾ ਇੰਨੀ ਕੁ ਹੋ ਜੇ ਕਿ ਸਾਰੀ ਜਵਾਨੀ ਜੇਲ੍ਹ ਦੇ ਵਿੱਚ ਬੈਠਾ ਸੜਦਾ ਰਹੇ ਇੱਕ ਗੈਸਟਰ ਨਕਸਲਾਈਡ ਖੜਕੂ ਪੈਦਾ ਕਿਨੇ ਕੀਤੇ ਮੈਨੂੰ ਅੱਜ ਤੱਕ ਉਹ ਗੱਲ ਕੰਨਾਂ 'ਚ ਕੂਕਦੀ ਹੈ ਜਦੋਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ 1996 'ਚ ਕਿ ਕਾਕਾ ਅਸੀਂ ਇੱਕ ਕਮਿਸ਼ਨ ਬਰਾਵਾਂਗੇ ਜੇ ਸਾਡੀ ਸਰਕਾਰ ਆ ਗਈ ਜਿਹੜੀ ਇਸ ਗੱਲ ਦਾ ਪਤਾ ਲਗਾਏਗੀ ਕਿ ਖੜਕੂ ਬਾਦ ਇੱਥੇ ਆਇਆ ਕਿਉਂ ਜੀ ਬਾਦਲ ਸਾਹਿਬ ਤਾਂ ਉਦੋਂ ਬਾਅਦ ਤਿੰਨ ਵਾਰ ਮੁੱਖ ਮੰਤਰੀ ਬਣ ਗਏ ਪਰ ਕਮਿਸ਼ਨ ਉਹ ਜਿਹੜਾ ਬਣਾਇਆ ਸੀ ਉਹਨਾਂ ਨੇ ਉਹ ਕਿੱਥੇ ਜੇ ਬੈਠਾ ਹੈ ਉਹਦਾ ਨਾਂ ਥੇ ਕੀ ਸੀ ਦਫ਼ਤਰ ਕਿੱਥੇ ਹੈ ਘੱਟੋ-ਘੱਟ ਮੈਨੂੰ ਤਾਂ ਲੱਭਿਆ ਨਹੀਂ ਇਹਨਾਂ ਸਾਰਿਆਂ ਦੀ ਜੜ ਸਿਆਸਤਦਾਨ ਨੇ ਆਮ ਘਰਾਂ ਦੇ ਬੱਚਿਆਂ ਨੂੰ ਵਰਗਲਾ ਕੇ ਵਰਤਦੇ ਨੇ ਤੇ ਜਦੋਂ ਬੱਚੇ ਫੇਰ ਕਾਬੂ ਹੋ ਜਾਂਦੇ ਨੇ ਤੇ ਫਿਰ ਗੋਲੀਆਂ ਵੀ ਦੇ ਸ਼ਿਕਾਰ ਹੁੰਦੇ ਨੇ ਉਹ ਸਤਕਾਰਯੋਗ ਪੰਜਾਬੀਓ ਮਾਪਿਓ ਥੋੜਾ ਬੋਤਾ ਧਿਆਨ ਛੱਡ ਕੇ 10% ਧਿਆਨ ਵੀ ਆਪਣੇ ਬੱਚਿਆਂ ਤੇ ਦਿਓ ਤੁਹਾਡਾ ਬੱਚਾ ਕੀ ਕਾਲਜ ਜਾਂਦਾ ਵੀ ਆ ਕਦੇ ਅਚਨਚੇਤ ਪੁੱਛ ਪਛਾਈ ਲਓ ਜੇ ਜਾਂਦਾ ਕੀ ਉਹ ਕਾਲਜ ਤੱਕ ਪਹੁੰਚਦਾ ਵੀ ਹੈ ਜਾਂ ਰਸਤੇ 'ਚ ਤੁਰ ਫਿਰ ਕੇ ਅੱਜ ਦੇ ਜਮਾਨੇ ਦੇ ਵਿੱਚ ਜਿਹੜੀ ਸਸਤੀਆਂ ਸ਼ੌਰਤਾਂ ਨੇ ਉਹਦੇ ਕਰਕੇ ਗੈਸਟਰ ਕਲਚਰ ਪੈਦਾ ਹੁੰਦਾ ਹੈ ਜੀ ਤੇ ਜਿਹੜੀ ਬੇਰੁਜ਼ਗਾਰੀ ਹੈ ਕੀ ਉਹ ਬੇਰੁਜ਼ਗਾਰੀ ਨੂੰ ਆਹ ਵੇਖ ਲਓ ਬੱਚੇ ਸੜਕਾਂ ਤੇ ਡਾਂਗਾ ਖਾ ਰਹੇ ਨੇ ਧੁੱਪਾਂ ਦੇ ਵਿੱਚ ਬੈਠੇ ਨੇ ਹੂੰ ਉਹ ਮੁਲਕ ਦਾ ਰੱਬ ਰੱਖਾ ਜਿੱਥੇ ਬੱਚੇ ਨਾਲੇ ਦਿਹਾੜੀਆਂ ਕਰਨ ਤੇ ਨਾਲੇ ਆਪਦੇ ਘਰ ਦਾ ਪੜਾਈ ਕਰਨ ਗੱਲਾਂ ਬਹੁਤ ਕੀਤੀਆਂ ਲੋਕਾਂ ਨੇ ਇਹ ਜਿਹੜਾ ਬਦਲਾਅ ਆ ਡੀਜੀਪੀ ਸਾਹਿਬ ਵੀ ਕਹਿ ਰਹੇ ਨੇ ਮੈਂ ਡੀਜੀਪੀ ਸਾਹਿਬ ਨੂੰ ਕਿ ਬੇਨਤੀ ਕਰਾਂਗਾ ਕਿ ਇੱਕ ਪੈਨਲ ਬਣਾ ਦਿਓ ਜੀ ਜਿਹੜਾ ਇਹ ਪਤਾ ਕਰ ਲੇ ਕਿ ਇਹ ਮੁੰਡੇ ਇਸ ਅਪਰਾਧ ਦੇ ਵਿੱਚ ਪਏ ਕਿਉਂ ਨੇ ਦੂਜਾ ਜਿੰਨੇ ਬੰਦੇ ਜੀਲਾਂ 'ਚ ਨੇ ਉਹਨਾਂ ਦਾ ਵੀ ਇੱਕ ਪੈਨਲ ਬਣਾ ਕੇ ਪਤਾ ਕਰ ਲੋ ਵੀ ਕਿਹੜੇ ਸਹੀ کیسਾਂ 'ਚ ਨੇ ਤੇ ਕਈਆਂ ਨੂੰ ਧੱਕਿਆ ਗਿਆ ਹੈ ਕਈਆਂ ਤੇ ਨਸ਼ਾ ਵੀ ਕਮਰਸ਼ੀਅਲ ਜਾਣ ਬੁੱਝ ਕੇ ਪੀਆ ਹੈ ਜੀ ਤੇ ਉਹ ਜੇ ਤੁਸੀਂ ਇਸ ਤਰ੍ਹਾਂ ਦਾ ਕੰਮ ਕਰੋਗੇ ਇਹ ਲੱਭ ਦਿਓ ਕਿ ਇਹ ਕੌਣ ਸੀ ਗੈਂਗਸਟਰ ਬਣਾਉਣ ਵਾਲੇ ਤੇ ਮੈਂ ਸਮਝਦਾ ਕਿ ਉਸ ਦਿਨ ਵੱਡੀ ਗੱਲ ਹੋ ਵੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਕਿ ਜੋ ਬੀਤੇ ਸਾਲਾਂ ਦੇ ਵਿੱਚ ਘਟਾਲੇ ਹੋਏ ਨੇ ਅਸੀਂ ਉਹ ਬਾਹਰ ਕੱਢਾਂਗੇ ਇਸ ਦੇ ਤਹਿਤ ਹੁਣ ਬਿਜੀਲੈਂਸ ਵੀ ਪੰਜਾਬ ਦੇ ਵਿੱਚ ਵੱਡੀਆਂ ਕਾਰਵਾਈਆਂ ਕਰ ਰਹੀ ਆ ਕੱਲ ਸਾਬਕਾ ਮੰਤਰੀ ਸੰਤ ਸਿੰਘ ਗਿਲਜੀਆ ਦੇ ਭਤੀਜੇ ਦਲਜੀਤ ਸਿੰਘ ਗਿਲਜੀਆ ਨੂੰ ਬਿਜੀਲੈਂਸ ਵਿਭਾਗ ਨੇ ਗ੍ਰਿਫਤਾਰ ਕੀਤਾ ਅੱਜ ਮਹਾਲੀ ਦੀ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਤੇ ਜਿਹੜਾ ਉਹਨਾਂ ਦਾ 3 ਦਿਨਾਂ ਦਾ ਰਿਮਾਂਡ ਜਿਹੜਾ ਉਹਨਾਂ ਨੂੰ ਮਿਲ ਚੁੱਕਿਆ ਹੈ ਇਹ ਜਿਹੜੇ ਚਾਚੇ ਭਤੀਜੇ ਤੇ ਮਾਮੇ ਭਾਂਜੇ ਆ ਨਾ ਇਹ ਬੜੇ ਮਸ਼ਹੂਰ ਨੇ ਕੇਂਦਰੀ ਰੇਲ ਮੰਤਰੀ ਹੁੰਦੇ ਸੀ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਜੀ ਸਾਡੇ ਪਵਨ ਬਾਂਸਲ ਸਾਹਿਬ ਉਹਨਾਂ ਦੇ ਭਾਂਜੇ ਨੇ ਵੀ ਚੰਦ ਚੜ੍ਹਿਆ ਚੰਨੀ ਸਾਹਿਬ ਦੀ ਸਾਲੀ ਦੇ ਹਣੀ ਨੇ ਚੰਦ ਚੜ੍ਹਿਆ ਵਿਜੇ ਸਿੰਘਲਾ ਦਾ ਭਤੀਜਾ ਇੱਕ ਭਾਂਜਾ ਉਹਦਾ ਵੀ ਚੰਦ ਚੜ੍ਹਿਆ ਹੋਇਆ ਹੈ ਵਿਜੇ ਸਿੰਘਲਾ ਜਦੋਂ ਫਸਿਆ ਜੀ ਤੇ ਇਹ ਹੁਣ ਉਹਨਾਂ ਦਾ ਭਤੀਜਾ ਹੈ ਇਹ ਕਹਿੰਦੇ ਖਾਸ ਗਾਂ ਵਿਚੋਲਗੀਆਂ ਕਰਦਾ ਹੁੰਦਾ ਸੀ ਸ਼ਾਂਪਤਾ ਪਈ ਨਹੀਂ ਪੁਲਿਸ ਦੀ ਹੱਥ ਕੜੀ ਪੈਗੀ ਸੋ ਤਿੰਨ ਦਿਨ ਦਾ ਰਿਮਾਰਡ ਦਿੱਤਾ ਪੁਲਿਸ ਉਹਦੇ ਵਿੱਚ ਪੜਤਾਲ ਕਰੇਗੀ ਕਿਉਂਕਿ ਸੰਗਤ ਸਿੰਘ ਗਿਲਜੀਆਂ ਦੀ ਵੀ ਤਿਆਰੀ ਹੈ ਅਗਾਉਂ ਜਵਾਨਤ ਦੀ ਅਰਜੀ ਮਾਨਯੋਗ ਹਾਈ ਕੋਰਟ ਨੇ ਉਹਦੀ ਰੱਦ ਕਰ ਦਿੱਤੀ ਜੀ ਇਸ ਕਰਕੇ ਹੁਣ ਇਸ ਸਮੇਂ ਦੇ ਦੌਰਾਨ ਦਲਜੀਤ ਸਿੰਘ ਤੋਂ ਪੁੱਛ ਗਏ ਚ ਚੌਕਸੀ ਪੁਲਸ ਵੱਲੋਂ ਕੀਤੀ ਜਾਵੇਗੀ ਜੀ ਬੀਤੇ ਦਿਨੀ ਸੀਐਮ ਭਗਵੰਤ ਮਾਨ ਦਾ ਵਿਵਾਦ ਚਰਚਾ ਦੇ ਵਿੱਚ ਰਿਹਾ ਹੁਣ ਇੱਕ ਵਾਰ ਫਿਰ ਵਿਵਾਦ ਸਾਹਮਣੇ ਆਇਆ ਹੈ ਹੁਣ ਐਸਜੀਪੀਸੀ ਮੈਂਬਰਾਂ ਦੇ ਵੱਲੋਂ ਐਸਜੀਪੀਸੀ ਪ੍ਰਧਾਨ ਦੇ ਵੱਲੋਂ ਕਿਹਾ ਗਿਆ ਕਿ ਪਾਲਕੀ ਸਾਹਿਬ ਦੀ ਤਲਾਸ਼ੀ ਕੀਤੀ ਗਈ ਇਸ ਕਰਕੇ ਗੁਰੂ ਸਾਹਿਬ ਦਾ ਗੁਰੂ ਸਾਹਿਬਾਨ ਦਾ ਜਿਹੜਾ અપਮਾਨ ਹੋਇਆ ਹੈ ਸਤਕਾਰ ਦੇ ਵਿੱਚ ੱਲ ਵਰਤੀ ਗਈ ਆ ਤੇ ਨਾਲ ਦੀ ਨਾਲ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਵੀ ਕਾਰਵਾਈ ਦੀ ਮੰਗ ਕੀਤੀ ਹੈ। ਗਿਆਨੀ ਜੀ ਨੇ ਇੱਕ ਅੱਜ ਆਪ ਦਾ ਬਿਆਨ ਚ ਕਿਹਾ ਕਿ ਜੇ ਇਹ ਸਾਰਾ ਕੁਝ ਵਾਪਰਿਆ ਮੰਦਭਗ ਹੈ। ਜੀ ਨਹੀਂ ਹੋਣਾ ਚਾਹੀਦਾ ਸੀ। ਅਸੀਂ ਵੀ ਇਹ ਗੱਲ ਕਹਿੰਦੇ ਆ ਕਿ ਜਦੋਂ ਬੰਦਾ ਵੱਡੇ ਆ ਉਹਦੇ ਆ ਤੇ ਬਹਿ ਜਾਂਦਾ ਨਾ। ਉਹਦੇ ਆਸੇ ਪਾਸੇ ਇਹੋ ਜਿਹੇ ਸਲਾਹਕਾਰ ਆ ਟਪਕਦੇ ਆ ਜਿਹੜੇ ਜਨਤਾ ਤੇ ਲੋਕਾਂ ਤੋਂ ਦੂਰ ਕਰ ਦਿੰਦੇ ਆ। ਜੇ ਸਾਰੇ ਪੰਜਾਬ ਦੇ ਵਿੱਚ ਕੀ ਸਾਰਿਆਂ ਥਾਵਾਂ ਦੇ ਉੱਤੇ ਜਿਹੜੇ ਵਿਆਹ ਨੇ ਉਹਨਾਂ ਦੇ ਆਨੰਦ ਕਾਰਜ ਗੁਰੂ ਘਰਾਂ ਦੇ ਵਿੱਚ ਹੁੰਦੇ ਆ ਇਹਦਾ ਗਿਆਨ ਨਹੀਂ ਸੀ ਭਗਵੰਤ ਸਿੰਘ ਮਾਨ ਨੂੰ ਪਹਿਲਾ 8 ਸੈਕਟਰ ਦੇ ਗੁਰਦੁਆਰੇ ਦੇ ਵਿੱਚ ਸਾਰਿਆਂ ਪ੍ਰਬੰਧ ਕੀਤੇ ਗਏ ਇਹ ਕਿਹਨੇ ਨੇ ਇੱਕ ਸਲਾਹ ਦਿੱਤੀ ਸੀ ਕਿ ਗੁਰਦੁਆਰਾ ਸਾਹਿਬ ਦੀ ਥਾਂ ਦੇ ਉੱਤੇ ਘਰੇ ਜਾ ਕੇ ਆਨੰਦ ਕਾਰਜ ਕਰਾਏ ਜਾਣ ਜਿੰਨਾ ਮਰਜ਼ੀ ਕਰ ਲਈਏ ਘਰ ਦੇ ਵਿੱਚ ਜਦੋਂ ਅਸੀਂ ਕਰਾਉਨੇ ਆ ਉੱਥੇ ਕਿਤੇ ਨਾ ਕਿਤੇ ਮਰਿਆਦਾ ਦਾ ਕੋਈ ਨਾ ਕੋਈ ਉਲੰਘਣ ਹੋ ਜਾਂਦਾ ਹੈ ਜੀ ਹੋ ਉਹਨਾਂ ਦੇ ਬਾਹਰਲੇ ਪਾਸੇ ਵਰਦੀ ਧਾਰੀ ਪੁਲਿਸ ਕਰਮਚਾਰੀ ਵੀ ਖੜੇ ਆ ਨੰਗੇ ਸਰ ਵਾਲੇ ਵੀ ਖੜੇ ਸੀ ਹੂੰ ਔਰ ਸਤਕਾਰ ਵਜੋ ਜਿੱਥੋਂ ਦੀ ਗੁਰੂ ਲੰਘਦੇ ਆ ਲੋਕ ਸਿਰ ਝੱਕ ਕੇ ਮੱਥਾ ਟੇਕਦੇ ਆ ਜੀ ਗੁਰੂ ਦੀ ਬਰਿਆਦਾ ਬਕਾਇਦਾ ਰੱਖਣੀ ਚਾਹੀਦੀ ਸੀ ਜੱਦਰ ਸਾਹਿਬ ਦੇ ਕੋਲ ਸ਼ਿਕਾਇਤ ਗਈ ਹੈ ਜੱਦਰ ਸਾਹਿਬ ਨੂੰ ਇਹਦੀ ਕੁਝ ਵਿਅਕਤੀਆਂ ਨੂੰ ਲਾ ਕੇ ਵਿਦਵਾਨਾਂ ਨੂੰ ਲਾ ਕੇ ਪੜਤਾਲ ਕਰਨੀ ਚਾਹੀਦੀ ਹੈ ਜੀ ਤੇ ਜੇ ਇਹਦੇ ਵਿੱਚ ਉਲੰਘਣਾ ਹੋਈ ਹੈ ਤੇ ਵੱਡਾ ਦਲ ਫਿਰ ਮੁੱਖ ਮੰਤਰੀ ਨੂੰ ਦਿਖਾਉਣਾ ਚਾਹੀਦਾ ਉਹਨੂੰ ਉਹਦੀ ਖਿਮਾ ਵੀ ਜਾਂਚਣਾ ਕਰ ਲੈਣੀ ਚਾਹੀਦੀ ਹੈ ਤੇ ਜਿਨ੍ਹਾਂ ਅਧਿਕਾਰੀਆਂ ਨੂੰ ਕਿਹਨੇ ਹਦਾਇਤ ਦਿੱਤੀ ਜੀ ਕਿ ਜਦੋਂ ਪਾਲਕੀ ਸਾਹਿਬ ਓਨ ਜੇ ਉਹਨਾਂ ਦੀ ਉੱਥੇ ਤਲਾਸ਼ੀ ਕੀਤੀ ਗਈ ਹੈ ਤਾਂ ਉਹ ਮਰਿਆਦਾ ਦੀ ਬਾਕੀ ਉਲੰਘਣਾ ਹੈ ਇਹਦੇ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਜਿਹੜੇ ਬੰਦੇ ਨੇ ਉੱਥੇ ਇਹ ਕੀਤਾ ਜਿਵੇਂ ਜਦੋਂ ਸੀਦੇ ਆ ਜਮ ਸਰਦਾਰ ਭਗਤ ਸਿੰਘ ਦੀ ਭੈਣ ਤੇ ਉਹਨਾਂ ਦੇ ਪੁੱਨੋਯਾ ਮਿਲ ਲ ਗਏ ਸੀ ਤਾਂ ਮੁੱਖ ਮੰਤਰੀ ਨੂੰ ਮਿਲਣ ਨਹੀਂ ਸੀ ਦਿੱਤਾ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਇਹ ਅਮਲੇ ਫਾਇਦੇ ਦੇ ਵਿੱਚ ਕੁਝ ਇਹੋ ਜਿਹੇ ਵਿਅਕਤੀ ਲਾ ਲੈਣ ਜਿਹੜੇ ਤਜਰਬਾ ਤੇ ਸਿਆਣਪ ਰੱਖਦੇ ਹੋਣ ਨਹੀਂ ਤਾਂ ਫਿਰ ਨੌਜਵਾਨਾਂ ਦੀ ਬਰਾਤ ਬਾਂਗ ਇਹੋ ਜਿਹਾ ਚੰਦ ਚੜਾਉਣਗੇ ਜੀ ਦਾ ਜਵਾਬ ਦੇਣਾ ਔਖਾ ਹੋ ਜਾਏਗਾ ਜੀ ਅਟੇਲੂ ਸਾਹਿਬ ਕੱਲ ਆਪਾਂ ਨੇ ਇੱਕ ਖਬਰ ਤੇ ਗੰਭੀਰ ਚਰਚਾ ਕੀਤੀ ਸੀ ਨਾਲ ਚਿੰਤਾ ਵੀ ਜਤਾਈ ਸੀ ਜਿਹੜੇ ਸਰਕਾਰੀ ਬਾਲ ਘਰਾਂ ਦੇ ਵਿੱਚੋਂ 1450 ਬੱਚੇ ਲਾਪਤਾ ਹੋਏ ਸੀ ਉਸ ਮਾਮਲੇ ਦੇ ਵਿੱਚ ਡੀਜੀਪੀ ਨੇ ਰਿਪੋਰਟ ਮੰਗ ਲਈ ਹੈ ਨਾਲ ਦੇ ਡੀਜੀਪੀ ਨੂੰ ਉਹਨਾਂ ਅਫਸਰਾਂ ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਕੋਤਾਹੀ ਕੀਤੀ ਹਜੇ ਤੱਕ ਕੋਈ ਉਹਨਾਂ ਦੀ ਸਾਮ ਸਵਾਲ ਜਾ ਉਹਨਾਂ ਨੂੰ ਜਾਂਚਿਆ ਨਹੀਂ ਕਿੱਥੇ ਗਏ ਬੱਚੇ 2013 ਤੋਂ ਮਾਮਲਾ ਚੱਲ ਰਿਹਾ ਹੈ ਜੀ ਇਸ ਮਾਮਲੇ ਦੇ ਵਿੱਚ ਜਿਹੜੇ ਹੁਣ ਤੱਕ ਦੇ ਫਿਰ ਹੁਣ ਆਲਾ ਨੇ ਤਾਂ ਸ਼ੁਰੂ ਕੀਤੀ ਹੈ ਪਿਛਲੇ ਤਿੰਨ ਮੁੱਖ ਮੰਤਰੀਆਂ ਤੇ ਸਬੰਧਤ ਮੰਤਰੀਆਂ ਨੂੰ ਵੀ ਬੁਲਾਉਣਾ ਚਾਹੀਦਾ ਹੈ ਜੀ ਇਹ ਉੱਥੇ ਹੋਕ ਹੀ ਰਿਹਾ ਹੈ ਜੇ ਡੀਜੀਪੀ ਨੇ ਉਹਦੀ ਰਿਪੋਰਟ ਮੰਗ ਲਈ ਹੈ ਕੱਲੀ ਰਿਪੋਰਟ ਮੰਗਿਆ ਨਹੀਂ ਸਰਨਾ ਡੀਜੀਪੀ ਸਾਹਿਬ ਉੱਤੇ ਕਾਰਵਾਈ ਕਰਿਓ ਔਰ ਇਹ ਵਿਸਲਾਪਨ ਪਤਾ ਹੀ ਨਹੀਂ ਕਿਸੇ ਨੂੰ ਇਹ ਕੀ ਹੋ ਰਿਹਾ ਹੈ ਕੀ ਵਾਪਰ ਰਿਹਾ ਹੈ ਇਸ ਮਾਮਲੇ ਦੇ ਵਿੱਚ ਫਿਰ ਜਾਂਚ ਕਰਕੇ ਜਿਹੜੇ ਜਿਹੜੇ ਵੀ ਦੋਸ਼ੀ ਪਾਏ ਜਾਂਦੇ ਨੇ ਉਹਨਾਂ ਦੋਸ਼ੀਆਂ ਦੇ ਖਿਲਾਫ ਸਜ਼ਾ ਹੋਣੀ ਚਾਹੀਦੀ ਹੈ ਆਮ ਤੌਰ ਤੇ ਅਸੀਂ ਦੇਖਿਆ ਕਿ ਬਹੁਤ ਵੱਡੇ ਘਰ ਹੋਣੇ ਹੋ ਸਕਦਾ ਕਈ ਬੱਚੇ ਤਾਂ ਉਹਨਾਂ ਦੀ ਹੱਥਵਾਹ ਤੋੜ ਕੇ ਮੰਗਤੇ ਬਣਾ ਦਿੱਤੇ ਹੋਣ ਬਹੁ ਗਿਣਤੀ ਕਹਿੰਦੇ ਲੜਕੀਆਂ ਗਾਇਬ ਨੇ ਤੇ ਲੜਕੀਆਂ ਨਾਲ ਕੀ ਵਾਪਰਿਆ ਹੋਵੇਗਾ ਇਹਦੇ ਬਾਰੇ ਅਜੇਹੇ ਸਮਾਜ ਦੇ ਵਿੱਚ ਸਾਨੂੰ ਪਤਾ ਹੈ ਜੀ ਕਿ ਕੀ ਵਾਪਰ ਸਕਦਾ ਹੈ ਜੀ ਸੋ ਇਹ ਜਿਹੜੀ ਚੀਜ਼ ਹੈ ਇਹ ਬਹੁਤ ਹੀ ਖਤਰਨਾਕ ਜਿਸ ਰਿਪੋਰਟਰ ਨੇ ਇੱਕ ਖਬਰ ਛਾਪੀ ਆ ਉਹ ਵਧਾਈ ਦਾ ਪਾਤਰ ਹੈ ਤੇ ਜਿਸ ਅਖਬਾਰ ਨੇ ਇਹਨੂੰ ਪ੍ਰਮੁਖਤਾ ਦਿੱਤੀ ਹੈ ਤੇ ਅੱਜ ਫੇਰ ਉਸੇ ਥਾਂ ਤੇ ਰਿਪੋਰਟ ਛਪੀ ਹੈ ਕਿ ਡੀਜੀਪੀ ਸਾਹਿਬ ਨੇ ਤਲਬ ਕਰ ਲਿਆ ਜੀ ਕਿ ਰਿਪੋਰਟ ਇਸ ਸਾਰੇ ਚੀਜ਼ ਦੀ ਮੰਗ ਲਈ ਜੀ ਜੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜੀਆਂ ਚੋਣਾਂ ਹੋਈਆਂ ਨੇ 2022 ਦੀਆਂ ਤਾਂ ਉਸ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਉਹ ਪੰਜਾਬ ਆਏ ਸੀ ਤਾਂ ਉਸ ਸਮੇਂ ਸੁਰੱਖਿਆ ਦੇ ਵਿੱਚ ਕਟਾਹੀ ਹੋਈ ਸੀ ਚੰਨੀ ਸਰਕਾਰ ਸੀ ਉਸ ਸਮੇਂ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇੱਕ ਕਮੇਟੀ ਬਣਾਈ ਕਮੇਟੀ ਨੇ ਹੁਣ ਜਿਹੜੀ ਰਿਪੋਰਟ ਆਹੋ ਸੁਪਰੀਮ ਕੋਰਟ ਨੂੰ ਸੌਂਪ ਦਿੱਤੀ ਹੈ ਇਹ 5 ਜਨਵਰੀ 2022 ਦਾ ਮਾਮਲਾ ਹੈ ਜੀ ਜਦੋਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਫਿਰੋਜ਼ਪੁਰ ਰੈਲੀ ਵਾਸਤੇ ਆਏ ਸੀ ਬੱਚੇ-ਬੱਚੇ ਦੀ ਜਵਾਨ ਦੇ ਉੱਤੇ ਆ ਕਿ ਉੱਥੇ ਇਕੱਠ ਨਹੀਂ ਸੀ ਹੋਇਆ ਤੇ ਪ੍ਰਧਾਨ ਮੰਤਰੀ ਨੇ ਵੀ ਇਸੇ ਕਰਕੇ ਰਸਤਾ ਚੁਣਿਆ ਸੀ ਕਿ ਮੈਂ ਸੜਕ ਰਾਹੀਂ ਚੱਲਦਾ ਜੀ ਕਿ ਸਾਡਾ ਪ੍ਰਧਾਨ ਮੰਤਰੀ ਸਿਰਫ ਇਹ ਕੱਲ ਹੈ ਕਿ ਮੌਸਮ ਖਰਾਬ ਹੋਵੇ ਉਹਨਾਂ ਕੋਲੇ ਰੂਸ ਦੀ ਤਕਨੀਕ ਵਾਲਾ ਚੌਪਰ ਹੋਵੇ ਜਿਹੜਾ ਕਿਸੇ ਵੀ ਮੌਸਮ 'ਚ ਉਡਾਨ ਭਰ ਸਕਦਾ ਹੈ ਜੀ ਇਹ ਜੇ ਮਾਰੇ ਪਹਿਲੀ ਗੱਲ ਤਾਂ ਇਹ ਜੇ ਇਹ ਮੌਸਮ ਦੇ ਵਿੱਚ ਉਹਨਾਂ ਨੂੰ ਸੱਦੇ ਹੀ ਕਿਉਂ ਗਿਆ ਜੀ ਦੂਜਾ ਇਹ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਫਿਰ ਉਹ ਸੜਕੀ ਰਸਤੇ ਜਾਣ ਦਾ ਮਨ ਕਿਉਂ ਬਣਾਇਆ 122 ਕਿਲੋਮੀਟਰ ਹੈ ਜੀ ਬਠਿੰਡੇ ਦਾ ਪ੍ਰਧਾਨ ਮੰਤਰੀ ਸਾਹਿਬ ਦਾ ਵੱਡਾ ਜਹਾਜ਼ ਉਤਰ ਗਿਆ ਉਦੋਂ ਗਾਹਾਂ ਜਾਣਾ ਸੀ ਚੌਪਰ ਤੇ ਜੀ ਡੀਜੀਪੀ ਸੁਧਾਰਤ ਚੱਟੋਪਾਦਿਆ ਇਹ ਕਹਿੰਦੇ ਆ ਕਿ ਸਾਰੇ ਦਾ ਸਾਰਾ ਮਾਮਲਾ ਤਾਂ ਜਿਹੜਾ ਐਸਪੀਜੀ ਹੈ ਸਪੈਸ਼ਲ ਪ੍ਰੋਟੈਕਸ਼ਨ ਗਾਰਡ ਪ੍ਰਧਾਨ ਮੰਤਰੀ ਸਾਹਿਬ ਤੇ ਜਿਹਦੇ ਕਰੋੜਾਂ ਦਾ ਖਰਚ ਹੁੰਦਾ ਹੈ ਜੀ ਉਹਨਾਂ ਨੇ ਸੰਭਲਿਆ ਸੀ ਅਸੀਂ ਤਾਂ ਪਾਸੇ ਤੇ ਸੀ ਇਹ ਸਾਰੇ ਮਾਮਲੇ ਦੇ ਵਿੱਚ ਮੈਂ ਦਾਅਵੇ ਨਾਲ ਕਹਿੰਦਾ ਜੇ ਉਦੋਂ ਕੋਈ ਹੋਰ ਹੁੰਦਾ ਮਿੰਨ ਮਿੰਨ ਕਰਨੀ ਸੀ ਸਭ ਨੇ ਜੀ ਤੇ ਉਸ ਵੇਲੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ ਕਿ ਬਿਲਕੁਲ ਨਹੀਂ ਸਾਡਾ ਕੋਈ ਕਸੂਰ। ਵੋਟਾਂ ਕਰਕੇ ਸਾਡੇ ਸਿਰ ਜਾਣਬੁੱਝ ਕੇ ਮੜ ਰਹੇ ਹੈ। ਜੇ ਉੱਥੇ ਪ੍ਰਧਾਨ ਮੰਤਰੀ ਰੁਕੇ ਉਹਨਾਂ ਦਿਨਾਂ 'ਚ ਕਿਸਾਨੀ ਅੰਦੋਲਨ ਚੱਲ ਰਿਹਾ ਸੀ। ਜੀ। ਉਹਨਾਂ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਅਸੀਂ ਉੱਥੇ ਜਾਵਾਂਗੇ ਉਹ ਰੁਕਣੇ ਚਾਹੀਦੇ ਸੀ। ਨਹੀਂ ਰੁਕੇ। ਜਿਹੜੇ ਬੰਦੇ ਪ੍ਰਧਾਨ ਮੰਤਰੀ ਸਾਹਿਬ ਦੇ ਕਾਫਲੇ ਦੇ ਨੇੜੇ ਪੁੱਜੇ ਉਹ ਤਾਂ ਭਾਰਤੀ ਜਨਤਾ ਪਾਰਟੀ ਦੇ ਝੰਡੇ ਚੱਕੀ ਫਿਰਦੇ ਸੀ। ਜੀ। ਉਹਨਾਂ ਜੋ ਸਾਹਮਣੇ ਵੀ ਆ ਗਿਆ ਕਿ ਤਾਂ ਮਕੇਰੀਆਂ ਦਾ ਸੀ। ਤੇ ਪ੍ਰਧਾਨ ਮੰਤਰੀ ਸਾਹਿਬ ਪੀਸੀਆਰਾ ਬਠਿੰਡੇ ਦੇ ਹਵਾਈ ਅੱਡੇ ਤੇ ਕਹਿਗੇ ਸੀ ਆਪਣੇ ਪ੍ਰਧਾਨ ਮੰਤਰੀ ਕੋ ਆਪਣੇ ਮੁੱਖ ਮੰਤਰੀ ਕੋ ਬੋਲ ਦੇਣਾ ਮੈਂ ਜ਼ਿੰਦਾ ਵਾਪਸ ਆ ਗਿਆ ਹਾਂ ਜੀ ਤੇ ਜੇ ਪ੍ਰਧਾਨ ਮੰਤਰੀ ਤੇ ਐਸੇ ਤਰ੍ਹਾਂ ਹੀ ਹਮਲੇ ਹੋਣ ਲੱਗੇ ਤੇ ਫਿਰ ਤਾਂ ਸਰ ਗਿਆ ਐਦੂ ਵੱਡੀ ਫਿਰ ਤਾਂ ਵਖਤਰਬੰਦ ਗੱਡੀ ਲਿਆਉਣੀ ਚਾਹੀਦੀ ਐ ਉਸ ਵੇਲੇ ਕੇਂਦਰ ਸਰਕਾਰ ਆਪਣੀ ਬਣਾਉਣਾ ਚਾਹੁੰਦੀ ਸੀ ਤੇ ਪੰਜਾਬ ਸਰਕਾਰ ਆਪਣੀ ਟੀਮ ਤਾਂ ਉਸ ਵਲੇ ਸੁਪਰੀਮ ਕੋਰਟ ਦੇ ਮੁੱਖ ਜੱਜ ਜਿਹੜੇ ਹੁਣ ਵੀ ਨੇ ਐਨਵੀਰ ਮੰਨਾ ਸਾਹਿਬ ਜੀ ਇਹਨਾਂ ਨੇ ਕਿਹਾ ਕਿ ਅਸੀਂ ਬਣਾਉਨੇ ਆ ਟੀਮ ਉਸ ਟੀਮ ਦੇ ਵਿੱਚ 2021 ਚ ਸੇਵਾ ਮੁਕਤ ਹੋਏ ਸੁਪਰੀਮ ਕੋਰਟ ਦੇ ਜੱਜ ਮਾਨਯੋਗ இந்து ਮਲੋਤਰਾ ਦੀ ਅਗਵਾਈ ਦੇ ਵਿੱਚ ਫਿਰ ਇੱਕ ਟੀਮ ਬਣਾਈ ਗਈ ਕਮੇਟੀ ਬਣਾਈ ਗਈ ਜੀ ਉਹਦੇ ਵਿੱਚ ਹੋਰ ਕੌਣ ਕੌਣ ਸੀ ਐਨਆਈਏ ਦੇ ਡੀਜੀਪੀ ਚੰਡੀਗੜ੍ਹ ਦੇ ਡੀਜੀਪੀ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਜੀ ਤੇ ਪੰਜਾਬ ਦੇ ਵੀ ਡੀਜੀਪੀ ਅਮਨ ਤੇ ਕਾਨੂੰਨ ਸ਼ਰਦ ਸੱਤਿਆ ਚੋਹਾਨ ਸਾਹਿਬ ਜੀ ਇਹ ਸਾਰੇ ਉਹ ਕਮੇਟੀ ਦੇ ਮੈਂਬਰ ਸੀ ਇਹਨਾਂ ਨੇ ਫਿਰ ਸਾਰੇ ਥਾਵਾਂ ਤੇ ਹੂਕ ਕੀਤੀ ਫਿਰੋਜ਼ਪੁਰ ਵੀ ਗਏ ਉਸ ਤੋਂ ਬਾਅਦ ਕੱਲ ਬੰਦ ਲਫਾਫਾ ਰਿਪੋਰਟ ਸੁਪਰੀਮ ਕੋਰਟ ਦੇ ਵਿੱਚ ਸੌਂਪ ਦਿੱਤੀ ਹੈ ਇਹ ਜਦੋਂ ਕਮੇਟੀ ਬਣਾਈ ਗਈ ਸੀ ਤਾਂ ਤਿੰਨ ਜੱਜਾਂ ਦਾ ਬੈਂਚ ਸੀ ਉਹਦੇ ਵਿੱਚ ਮੁੱਖ ਜੱਜ ਸਭ ਐਨਵੀਰ ਬੰਨਾ ਸਾਹਿਬ ਜੀ ਜਸਟਿਸ ਸੂਰੀਆਕਾਂਤ ਸਾਹਿਬ ਤੇ ਜਸਟਿਸ ਹਿਮਾ ਕੋਲੀ ਸਾਹਿਬ ਇਹ ਉਹਦੇ ਮੈਂਬਰ ਸੀ ਇਹਨਾਂ ਨੇ ਤਿੰਨ ਮੈਂਬਰੀ ਬੈਂਚ ਨੇ ਇਹ ਰਿਪੋਰਟ ਜਿਹੜੀ ਕੱਲ ਸੌਂਪ ਦਿੱਤੀ ਗਈ ਹੈ ਹੁਣ ਇੱਕ ਸੁਪਰੀਮ ਕੋਰਟ ਦੇ ਵਿੱਚ ਕਦੋਂ ਖੁੱਲਦੀ ਹੈ ਇਹਦੇ ਬਾਰੇ ਪਤਾ ਲੱਗੇਗਾ ਕਿ ਇਹ ਟੀਮ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਮਾਮਲੇ ਵਿੱਚ ਕਿਹੜੀ ਰਿਪੋਰਟ ਦਿੱਤੀ ਹੈ ਤੇ ਕਿਹਨੂੰ ਕਿਹਨੂੰ ਦੋਸ਼ੀ ਠਹਿਰਾਇਆ ਜੀ ਟੇਲੋ ਸਾਹਿਬ ਮਾਨਸੂਨ ਦਾ ਸੰਸਦ ਅਜਲਾਸ ਆਉਣ ਵਾਲਾ ਹੈ ਪਰ ਉਸ ਤੋਂ ਪਹਿਲਾਂ ਬੀਜੇਪੀ ਨੇ ਸਰਪਾਰਟੀ ਮੀਟਿੰਗ ਸੱਦੀ ਹੈ 18 ਜੁਲਾਈ ਤੋਂ ਸ਼ੁਰੂ ਹੋਣਾ ਜੀ ਮਾਨਸੂਨ ਸੈਸ਼ਨ ਜੀ ਸਾਡੇ ਪਾਰਲੀਮੈਂਟ ਦਾ ਭਾਵ ਲੋਕ ਸਭਾ ਤੇ ਰਾਜ ਸਭਾ ਦਾ ਜੀ ਐਤਵਾਰ ਨੂੰ ਸਰਪਾਰਟੀ ਮੀਟਿੰਗ ਸਪੀਕਰ ਸਾਹਿਬ ਨੇ ਸੱਦੀ ਹੈ ਜੀ ਇੱਕ ਰਸਮ ਹੁੰਦੀ ਹੈ ਉਹਦੇ ਵਿੱਚ ਹਾਕਮ ਤਰਵੀ ਜਾਂਦੀ ਹੈ ਵਿਰੋਧੀ ਤਰਮੀ ਜਾਂਦੀਆਂ ਨੇ ਉੱਥੇ ਫਿਰ ਇੱਕ ਬੇਨਤੀ ਕੀਤੀ ਜਾਂਦੀ ਹੈ ਵੀ ਆਪਾਂ ਸੈਸ਼ਨ ਚਲਾਉਣ ਲੱਗੇ ਆਂ ਵਿਰੋਧੀ ਤਰ ਤੁਸੀਂ ਵੀ ਸਹਿਯੋਗ ਦਿਓ ਜੀ ਹਾਕਮ ਤਰ ਨੂੰ ਵੀ ਕਿਹਾ ਜਾਂਦਾ ਤੁਸੀਂ ਉਹ ਤਾਂ ਹੈਗੇ ਹੀ ਨੇ ਉਹਨਾਂ ਨੂੰ ਵੀ ਕਿਹਾ ਜਾਂਦਾ ਉਹਨਾਂ ਨੂੰ ਵੀ ਕਿਹਾ ਜਾਂਦਾ ਸਹਿਯੋਗ ਦਿਓ ਤਾਂ ਕਿ ਆਪਾਂ ਪਾਰਲੀਮੈਂਟ ਵਧੀਆ ਤਰੀਕੇ ਨਾਲ ਚਲਾਈਏ ਕਿਉਂਕਿ ਕਈ ਥਾਮਾਂ ਤੇ ਚੋਣਾਂ ਹੋਈਆਂ ਨੇ ਜਿਵੇਂ ਸਵਰਨ ਸਿੰਘ ਮਾਨ ਸਾਹਿਬ ਜਿੱਤ ਕੇ ਗਏ ਨੇ ਸੰਗਰੂਰ ਤੋਂ ਤਾਂ ਜਿਹੜੇ ਇਹ ਮੈਂਬਰ ਪਾਰਲੀਮੈਂਟ ਪਹਿਲੀ ਵਾਰ ਉੱਥੇ ਜਾਣਗੇ ਮਾਨ ਸਾਹਿਬ ਤਾਂ ਨਹੀਂ ਖੈਰ ਪਹਿਲੀ ਵਾਰ ਦੂਜੀ ਵਾਰ ਨਹੀਂ ਉਹ ਤਾਂ ਤੀਜੀ ਵਾਰ ਤੇ ਜਿਹੜੇ ਵੀ ਜਾਂ ਉਹਨਾਂ ਨੂੰ ਪਹਿਲਾਂ ਸੌਂਚਕਾਈ ਜਾਏਗੀ 18 ਤਰੀਕ ਨੂੰ ਉਸ ਤੋਂ ਪਹਿਲਾਂ ਐਤਵਾਦ ਨੂੰ ਸਰਪਾਰਟੀ ਮੀਟਿੰਗ ਜੀ ਪਟੇਲੋ ਸਾਹਿਬ ਇਸ ਇਜਲਾਸ ਦੇ ਵਿੱਚ ਇਹ ਵੀ ਦੇਖਣਾ ਹੋਵੇਗਾ ਕਿਉਂਕਿ ਪਹਿਲਾਂ ਜਦੋਂ ਐਮਪੀ ਹੁੰਦੇ ਸੀ ਭਗਵੰਤ ਮਾਨ ਉਹ ਪੰਜਾਬ ਦੀ ਜਦੋਂ ਕੋਈ ਆਵਾਜ਼ ਚੁੱਕਦੇ ਸੀ ਤਾਂ ਪੰਜਾਬੀ ਦੇਖਦੇ ਸੀ ਬੜੇ ਹੀ ਬਰੀਕੀ ਦੇ ਨਾਲ ਇਸ ਵਾਰ ਸਿਮਰਨਜੀਤ ਸਿੰਘ ਮਾਨ ਜਾਣਗੇ ਸੰਸਦ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇਹ ਵੀ ਦੇਖਣਾ ਹੋਊਗਾ ਕਿਹੜੇ ਕੋੜੇ ਮੁੱਦੇ ਨੇ ਜਿਹੜੇ ਉੱਥੇ ਉਹ ਚੱਕਦੇ ਨੇ ਦੇਖੋ ਪੰਜਾਬ ਦੇ ਨਾਲ ਮੁੱਦੇ ਪਹਿਲਾਂ ਵੀ ਮਾਨ ਸਾਹਿਬ ਨੇ ਉਹਨਾਂ ਦੀਆਂ ਤਕਰੀਰਾਂ ਅੰਤਰਰਾਸ਼ਟਰੀ ਪੱਧਰ ਦੀਆਂ ਤਕਰੀਰਾਂ ਸਨ ਜੀ ਜੋ ਮਾਨ ਸਾਹਿਬ ਨੇ ਚੁੱਕੇ ਮਾਨ ਸਾਹਿਬ ਨੇ ਰਾਸ਼ਟਰਪਤੀ ਦੀ ਵੋਟ ਦੇ ਵਿੱਚ ਵੀ ਕਿਹਾ ਹੈ ਕਿ ਸਾਡੀਆਂ ਪੰਜਾਬ ਦੀਆਂ ਆ ਮੰਗਾ ਦੋਨਾਂ ਚੋਂ ਦੱਸੋ ਕਿਹੜਾ ਉਹਦਾ ਭਰੋਸਾ ਦੇਊਗਾ ਇਹ ਚੀਜ਼ਾਂ ਚੱਕਣੀਆਂ ਚਾਹੀਦੀਆਂ ਸੀ ਅਕਾਲੀ ਦਲ ਨੂੰ ਜੀ ਤੇ ਉਹਨਾਂ ਨੇ ਚੱਕੀਆਂ ਅਕਾਲੀ ਖੁੰਝ ਗਏ ਇੱਥੇ ਉਹ ਹੁਣ ਤਾਂ ਕਹਿ ਰਹੇ ਨੇ ਅਸੀਂ ਆ ਕਰਾਂਗੇ ਆ ਕਰਾਂਗੇ ਪਰ ਜਿੱਦਣ ਸਪੋਰਟ ਦੇਣ ਵਾਸਤੇ ਦੀਪਤੀ ਮਰਮੂ ਕੋਲੇ ਪਹੁੰਚੇ ਨੇ ਦਰੁਪਦੀ ਮਰਮੂ ਕੋਲੇ ਜੀ ਉਸ ਦਿਨ ਉਹ ਉਹਦੇ ਬਿਨਾਂ ਸ਼ਰਤ ਵੋਟ ਦੇ ਦਾਅ ਦੇ ਦਾ ਐਲਾਨ ਕਰਤਾ ਸ਼ਰਤ ਤਾਂ ਦੇ ਆ ਵੀ ਸਾਡੇ ਤਾਂ ਜੀ ਹੁਣ ਕਾਕਾ ਕਾਕਾ ਤੇ ਕਾਕੀ ਫਿਰਦੇ ਨੇ ਇਹਨਾਂ ਜੋ ਕਿਸੇ ਨੂੰ ਬਣਾ ਦਿਓ ਮੁੱਖ ਮੰਤਰੀਆ ਆਪਣਾ ਮੰਤਰੀ ਕੇਂਦਰ ਦੇ ਵਿੱਚ ਜੀ ਇੱਥੇ ਅਕਾਲੀ ਦਲ ਪਛੜਿਆ ਇਸੇ ਕਰਕੇ ਤਾਂ ਅਕਾਲੀ ਦਲ ਨੂੰ ਆਸ ਦਿੱਤੀਏ ਇਹ ਚੀਜ਼ ਉਦੋਂ ਕਰਨੀ ਚਾਹੀਦੀ ਸੀ ਜੀ ਜਿੱਥੋਂ ਖੁੰਝ ਗਏ ਜੀ ਜੀ ਢਿੱਲੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਕਿਸਨ ਸੀਨੀਅਰ ਡਾਇਰੈਕਟਰ ਜਸਪਾਲ ਸਿੰਘ ਢਿੱਲੋ ਜੋ ਕਿ ਵੱਖ-ਵੱਖ ਮੁੱਦਿਆਂ ਤੇ ਸਾਡੇ ਨਾਲ ਚਰਚਾ ਕਰ ਰਹੇ ਸੀ ਤੇ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਸੀ ਕੱਲ ਨੂੰ ਅਸੀਂ ਨਵੇਂ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੁਣ ਤੁਸੀਂ ਮੈਨੂੰ ਦੋ ਇਜਾਜ਼ਤ ਬਹੁਤ ਬਹੁਤ ਧੰਨਵਾਦ